ਜਿਨ੍ਹਾਂ ਤੇ ਮਹਾਰਾਜ ਜੀ ਦੀ ਬਹੁਤ ਬਖਸ਼ਿਸ਼ ਹੋਈ। ਆਖੋ ਸਤਨਾਮ, ਇਤਨੀ ਕਿਰਪਾ ਹੋਈ ਮਹਾਰਾਜ ਜੀ ਦੀ ਕਿ ਪਰਮੇਸ਼ਰ ਦੇ ਭਾਣੇ ਵਿੱਚ ਪੂਰਾ ਸਿੱਖ ਇਤਿਹਾਸ ਕਵਿਤਾ ਦੇ ਵਿੱਚ, ਕਵਿਤਾਵਾਂ ਦੇ ਵਿੱਚ, ਛੰਦਾਂ ਦੇ ਵਿੱਚ ਕਵੀ ਸਾਹਿਬ ਜੀ ਨੇ ਰਚਿਤ ਕੀਤਾ। ਕਿੰਨੀਆਂ ਸੰਗਤਾਂ ਨੇ ਇਸ ਗ੍ਰੰਥ ਦੀ ਕਥਾ ਨੂੰ ਸੁਣਿਆ, ਕਿੰਨੀਆਂ ਦਾ ਉਧਾਰ ਸੰਗਤਾਂ ਦਾ ਅੱਜ ਤੱਕ ਹੋਇਆ ਤੇ ਕਿੰਨੀਆਂ ਸੁਣ ਰਹੀਆਂ ਤੇ ਆਉਣ ਵਾਲੇ ਸਮੇਂ ਚ ਸੁਣ। ਲੋ ਸਾਧ ਸੰਗਤ, ਆਓ ਵੱਡੀਆਂ ਭਾਗਾਂ ਵਾਲੇ ਹੋਵੋ, ਜੋ ਨਮਸਕਾਰਾਂ ਕਰ ਰਹੀਆਂ ਹਨ ਸੰਗਤਾਂ, ਬੇਨਤੀ ਭਾਈ ਬੈਠੋ, ਸਮੇਂ ਤੋਂ ਸਮਾਂ ਕੱਢਿਆ ਕਰੋ। ਇਹ ਸਮਾਂ ਦੁਆਰੇ ਦੁਆਰੇ ਨਹੀਂ ਆਉਣਾ, ਕੋਈ ਕਰਮ ਹੋਇਆ ਕਰਦਾ ਹੈ, ਸਾਧੂ ਪੁਰਸ਼ ਦਾ ਸੰਗ ਹੁੰਦਾ ਹੈ, ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਮਿਲੀ ਜੋ ਇਹ ਕੋਈ ਕਰਮ ਹੈ ਇਸ ਨੂੰ ਸੰਭਾਲੋ। ਜਿੰਨੀ ਸੰਗਤ ਜੁੜੀ ਹੈ ਬੜੀ ਅਦਬ ਨਾਲ ਪਿਆਰ ਨਾਲ ਆਓ, ਅੱਗੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਕਰੀ, ਕਿਉਂਕਿ ਤਿੰਨ ਗੁਰੂ ਸਾਹਿਬਾਨਾਂ ਦੇ ਮੰਗਲ ਆਪ ਜੀ ਨੇ ਸੁਣੇ ਹਨ। ਚੌਥੇ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਕਵੀ ਸੰਤੋਖ ਸਿੰਘ ਚੂੜਾਮਣੀ ਜੀ ਕੀ ਬਿਆਨ ਕਰਦੇ ਹਨ, ਕੀ ਕਹਿ ਰਹੇ ਹਨ। ਲੋ ਸਾਧ ਸੰਗਤ, ਅਦਬ ਪਿਆਰ ਭਾਓ ਸਹਿਤ ਦੋਨੇ ਹੱਥ ਜੋੜ ਸੀਸ ਨਿਭਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਸੋ ਦਾਸ ਗੁਰੂ ਸੁਖ ਰਾਸ ਰੈ, ਜਮ ਤ੍ਰਾਸ ਰਿਦਾ ਜਿਸ ਕਾਮ। ਕਵੀ ਸੰਤੋਖ ਸਿੰਘ ਜੀ ਨੇ ਇਹ ਜੋ ਛੰਦ ਲਿਖਿਆ ਹੈ ਇਹ ਚਿੱਤਰਪਦਾ ਛੰਦ ਹੈ। ਛੰਦਾਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਇਹਨਾਂ ਦੀਆਂ ਵੱਖੋ ਵੱਖਰੀਆਂ ਚਾਲਾਂ ਹੁੰਦੀਆਂ, ਔਰ ਜਿਹੜੇ ਸੱਜਣ ਕਵਿਤਾ ਦਾ ਭਾਵ ਤੋਂ ਜਾਣਦੇ ਹਨ ਉਹਨਾਂ ਨੂੰ ਇਸ ਗੱਲ ਦਾ ਭਲੀ ਭਾਤ ਗਿਆਨ ਹੋਏਗਾ ਕਿ ਕਿਵੇਂ ਇਹਨਾਂ ਛੰਦ ਬੰਦੀ ਦੇ ਵਿੱਚ ਕਵੀ ਸਾਹਿਬ ਨੇ ਪਰਮੇਸ਼ਰ ਦੀ, ਗੁਰੂ ਸਾਹਿਬਾਨਾਂ ਦੀ, ਸਿੱਖ ਇਤਿਹਾਸ ਦੀ ਮਹਿਮਾ ਨੂੰ ਗਾਇਆ। ਤੋ ਸੁਣੋ ਕੀ ਕਹਿੰਦੇ ਹਨ ਪਹਿਲੀ ਪੰਕਤੀ। ਰਾਮ ਸੁਦਾਸ ਗੁਰੂ ਸੁਖ ਰਾਸ, ਹਰੇ ਜਮ ਤ੍ਰਾਸ ਰਿਦਾ ਨਿਸ਼ਕਾਮ। ਇਹ ਚਾਲ ਹੈ ਚਿੱਤਰਪਦਾ ਛੰਦ ਦੀ ਕਿ ਸ਼੍ਰੀ ਸਤਿਗੁਰੂ ਗੁਰੂ ਰਾਮਦਾਸ ਜੀ ਜਿਹੜੇ ਹਨ, ਆਖੋ ਸਤਨਾਮ ਵਾਹਿਗੁਰੂ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜਿਹੜੇ ਹਨ ਉਹ ਸੁਖਾਂ ਦੀ ਰਾਸ ਹਨ, ਔਰ ਜੋ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦਾ ਹੈ ਉਹਨਾਂ ਦੀ ਸੇਵਾ ਕਰਦਾ ਹੈ। ਹਰੈ ਜਮ ਤ੍ਰਾਸ, ਉਹਦੀ ਜਮਾਂ ਵਾਲੀ ਤ੍ਰਾਸ ਕਹਿੰਦੇ ਡਰ ਨੂੰ ਮੁੱਕ ਜਾਂਦਾ ਹੈ, ਉਸ ਇਨਸਾਨ ਨੂੰ ਕੋਈ ਜਮਾਂ ਦਾ ਭਾਉ ਨਹੀਂ ਰਹਿ ਜਾਂਦਾ, ਜਿਸ ਭਾਉ ਬਾਰੇ ਕਈ ਧਰਮਾਂ ਦੇ ਗ੍ਰੰਥਾਂ ਨੇ ਬਿਆਨ ਕੀਤਾ ਹੈ, ਜਿਹਨੂੰ ਕਬੀਰ ਸਾਹਿਬ ਵੀ ਕਹਿੰਦੇ, ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਾ ਸਹਿਆ ਜਾਏ, ਏਕ ਜੋ ਸਾਧੂ ਮੋਹਿ ਮਿਲਿਓ ਤਿਨ ਲਿਆ ਅੰਚਲ ਲਾਏ। ਭਾਈ ਜੋ ਜੀਵ ਕਰਮ ਕਰਕੇ ਆਪਣੀ ਜੀਵਨ ਵਿੱਚ ਆਪਣੇ ਜੀਵਨ ਨੂੰ ਅੱਗੇ ਵਧਾਉਂਦਾ ਹੈ, ਵਾਧੇ ਫਲ ਸਰੂਪ ਵਿੱਚ ਉਸ ਨੂੰ ਪਾਉਂਦਾ ਹੈ, ਭਾਵ ਜੋ ਕੰਮ ਕਰਦਾ ਹੈ ਇਸ ਨੂੰ ਪ੍ਰਾਪਤ ਹੁੰਦਾ ਹੈ, ਔਰ ਇਹ ਫਲ ਦਾ ਜੀਵਨ ਵਿੱਚ ਆਉਣਾ, ਕੀ ਬੀਜਿਆ ਕੀ ਮਿਲਣਾ, ਇਹ ਨਿਰੰਕਾਰ ਸਤਿਗੁਰੂ ਜਾਣਦੇ ਹਨ ਕਿਵੇਂ ਕਿਵੇਂ ਜੀਵ ਦਾ ਕਰਮ ਜਾਗਦਾ ਹੈ। ਹੁਣ ਜਿਹੜੀ ਇਹ ਜਮਾਂ ਵਾਲੀ ਤ੍ਰਾਸ ਹੈ ਜਿਹਦੇ ਬਾਬਤ ਬਾਬਾ ਫਰੀਦ ਸਾਹਿਬ ਜੀ ਬੜਾ ਲਿਖਦੇ ਹਨ, ਕੀ ਕਹਿੰਦੇ ਹਨ, ਇਹ ਮਾਰਗ ਬੜਾ ਵਿਖੜਾ ਹੈ, ਸੁਣਿਆ ਉੱਥੇ ਬਹੁਤ ਤਰ੍ਹਾਂ ਦੀ ਆਵਾਜ਼ ਵੱਜਦੀ ਹੈ, ਹੂਲ ਪੈਂਦਾ ਹੈ, ਕਹਿੰਦੇ ਇਹ ਜਮ ਤ੍ਰਾਸ ਜਿਹੜੀ ਜੀਵ ਨੂੰ ਲੱਗੀ ਰਹਿੰਦੀ ਹੈ। ਦੋ ਤਰ੍ਹਾਂ ਦੇ ਜੀਵ ਹੁੰਦੇ ਹਨ, ਇੱਕ ਜੀਵ ਉਹ ਜਿਹਨਾਂ ਨੂੰ ਇਸ ਮਾਰਗ ਦਾ ਪਤਾ ਹੀ ਹੈ ਨਹੀਂ, ਤੇ ਇੱਕ ਉਹ ਸਾਤਵਿਕ ਜ਼ਿੰਦਗੀ ਜੀਣ ਵਾਲੇ
ਜਿਹੜੇ ਮਾਇਆ ਦੇ ਤੀਜੇ ਗੁਣ ਵਿੱਚ ਜ਼ਿੰਦਗੀ ਜਿਉਂਦੇ ਨੇ, ਧਰਮ ਦੇ ਕਰਮ ਕਰਦੇ ਨੇ, ਸਤੋ ਗੁਣ ਚ ਜੀਂਦੇ ਨੇ, ਉਹਨਾਂ ਨੂੰ ਜਮਾਂ ਬਾਰੇ ਜਾਂ ਮਾਰਗ ਬਾਰੇ ਪਤਾ ਲੱਗ ਜਾਂਦਾ, ਪਰ ਇਸ ਮਾਰਗ ਤੋਂ ਬਚਣਾ ਕਿਵੇਂ ਹੈ, ਇਹ ਮਾਰਗ ਤੇ ਰੱਖਿਆ ਕਿਵੇਂ ਹੋਏਗੀ, ਇਸ ਕੀ ਦਾ ਗਿਆਨ ਨਹੀਂ ਹੁੰਦਾ। ਉਹ ਜਪ ਦੀ ਗੱਲ ਸੁਣ ਕੇ ਡਰਦੇ ਹਨ। ਕਵੀ ਸਾਹਿਬ ਕਹਿੰਦੇ ਜਿਹੜੇ ਸਤੋ ਗੁਣੀ ਜ਼ਿੰਦਗੀ ਜੀਣ ਵਾਲੇ ਹਨ, ਜੇ ਕਿਤੇ ਉਹ ਇਨਸਾਨ ਗੁਰੂ ਰਾਮਦਾਸ ਦੀ ਸ਼ਰਣ ਜਾ ਜਾਣ। ਸ੍ਰੀ ਸਤਿਗੁਰੂ ਗੁਰੂ ਰਾਮਦਾਸ ਦੀ ਸ਼ਰਣ ਐਸੀ ਹੈ ਕਿ ਉਹ ਸਤੋ ਗੁਣੀ ਜ਼ਿੰਦਗੀ ਜੀਉਣ ਵਾਲਿਆਂ ਨੂੰ ਚੌਥੇ ਪਦ ਦੇ ਵਾਸੀ ਬਣਾ ਦਿੰਦੇ। ਤ੍ਰੈ ਗੁਣਾਂ ਤੋਂ ਉੱਪਰ ਚੌਥਾ ਪਦ ਹੈ, ਇਸ ਚੌਥੇ ਪਦ ਦੇ ਵਾਸੀ ਬਣਾ ਦਿੰਦੇ। ਔਰ ਜਦੋਂ ਚੌਥੇ ਪਦ ਦਾ ਕੋਈ ਵਾਸੀ ਬਣਦਾ ਹੈ ਫਿਰ ਉਹ ਕੀ ਕਹਿੰਦਾ ਹੈ, ਜੰਮਣ ਮਰਨਾ ਮਿਟ ਗਿਆ, 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 ਜਮਾ ਦਾ ਬਸ ਨਹੀਂ ਚੱਲਦਾ। ਪ੍ਰਤਾਪ ਤੁਮਾਰਾ ਦੇਖ ਕੇ ਜਬ ਦੂਤ ਛੱਡ ਜਾਏ, ਐਸਾ ਗੁਰੂ ਦਾ ਪ੍ਰਤਾਪ ਹੈ। ਕਵੀ ਸਾਹਿਬ ਕਹਿੰਦੇ ਰਾਮ ਸੋ ਦਾਸ ਗੁਰੂ ਸੁਖ ਰਾਸ, ਹਰੇ ਜਮ ਤਾਸ ਰੇ ਦਾਨਿਸ਼ ਕਾਮ। ਜਿਨ੍ਹਾਂ ਦੇ ਹਿਰਦੇ ਨਿਸ਼ਕਾਮ ਹਨ, ਜਿਨ੍ਹਾਂ ਦੇ ਹਿਰਦੇ ਚ ਕਿਸੇ ਤਰ੍ਹਾਂ ਦੀ ਕੋਈ ਲੋਭ ਲਾਲਸਾ ਨਹੀਂ ਹੁੰਦੀ, ਔਰ ਉਹ ਲੋਭ ਲਾਲਚ ਛੱਡ ਕੇ ਗੁਰੂ ਰਾਮਦਾਸ ਦੀ ਸੇਵਾ ਕਰ ਲੈਣ, ਸੱਚ ਜਾਣਿਓ ਸਤਿਗੁਰੂ ਦੀ ਸੇਵਾ ਦਾ ਬਹੁਤ ਫਲ ਉਹ ਪ੍ਰਾਪਤ ਕਰਦੇ ਹਨ। ਸਤਨਾਮ ਵਾਹਿਗੁਰੂ। ਸੁਣੋ ਅੱਗੇ ਇਹੋ ਸਮਝਾਉਂਦੇ ਨੇ ਕਿ ਕਾਮਨਾ ਕ੍ਰੋਧ ਬਿਨੋ ਵਿਰੋਧ ਨਿਰੋਧ, ਸਦਾ ਸੁਧ ਬੋਧ ਸਰੂਪ ਨਿਕਾਮ। ਇਹ ਗੁਰੂ ਮਹਿਮਾ ਵਿੱਚ ਹੈ, ਸਾਰਾ ਕਵਿਤ ਸ੍ਰੀ ਗੁਰੂ ਰਾਮਦਾਸ ਜੀ ਦੀ ਮਹਿਮਾ ਵਿੱਚ। ਕਹਿੰਦੇ ਐਸਾ ਕਿਉਂ, ਐਸੀ ਕਿਹੜੀ ਖਾਸ ਗੱਲ ਹੈ ਗੁਰੂ ਰਾਮਦਾਸ ਦੇ ਦਰਸ਼ਨਾਂ ਚ, ਐਸੀ ਕਿਹੜੀ ਖਾਸ ਵਸਤੂ ਹੈ ਜੋ ਗੁਰੂ ਰਾਮਦਾਸ ਦੇ ਦਰਸ਼ਨਾਂ ਤੋਂ ਪ੍ਰਾਪਤ ਹੁੰਦੀ, ਐਸੀ ਕਿਹੜੇ ਗੁਣ ਹੈ ਗੁਰੂ ਰਾਮਦਾਸ ਵਿੱਚ ਜਿਹੜੇ ਉਹਨਾਂ ਦੇ ਦਰਸ਼ਨ ਕਰਿਆ ਗੁਰਦੂਤ ਦਾ ਵਾਹ ਮੁੱਕ ਜਾਂਦਾ ਹੈ, ਕਾਲ ਦੀ ਫਾਹੀ ਕੱਟੀ ਜਾਂਦੀ ਹੈ, ਆਵਾ ਗਾਉਣ ਵਾਲਾ ਮਾਰਗ ਮੁੱਕ ਜਾਂਦਾ, ਐਸੀ ਕਿਹੜੀ ਗੱਲ ਹੈ। ਕਹਿੰਦੇ ਇਹ ਗੱਲ ਹੈ ਕਿ ਗੁਰੂ ਰਾਮਦਾਸ ਆਪ ਮੁਕਤ ਹੈ, ਜਿਹੜਾ ਉਹਦੇ ਦਰਸ਼ਨ ਕਰਦਾ ਉਹ ਵੀ ਮੁਕਤ ਹੋ ਜਾਂਦਾ। ਆਪ ਮੁਕਤ, ਮੁਕਤ ਕਰੇ ਸੰਸਾਰ, ਸਾਰੇ ਸੰਸਾਰ ਨੂੰ ਮੁਕਤ ਕਰਦਾ ਹੈ। ਕਲਯੁਗ ਦੇ ਗੁਰੂਆਂ ਦੇ ਵਿੱਚ ਇਹ ਗੱਲ ਹੈ ਕਿ ਕਲਯੁਗ ਦੇ ਜਿਹੜੇ ਗੁਰੂ ਹਨ ਬਹੁਤੇ, ਉਹ ਕਾਮ ਕ੍ਰੋਧ ਲੋਭ ਮੋਹ ਦੇ ਚੰਗਲ ਚੁੰਗਲ ਤੋਂ ਬਚ ਨਾ ਪਾਏ। ਪਰ ਜਦੋਂ ਗੁਰੂ ਰਾਮਦਾਸ ਮਹਾਰਾਜ ਦੀ ਗੱਲ ਕਰੀਏ, ਸਤਿਗੁਰੂ ਆਪਣੇ ਦੀ ਗੱਲ ਕਰੀਏ, ਕੀ ਕਹਿੰਦੇ ਨੇ, ਆਪ ਮੁਕਤ ਮੋਹੇ ਤਾਰੇ, ਆਪ ਮੁਕਤ ਮੋਹੇ ਤਾਰੇ, ਆਪ ਮੁਕਤ ਮੋਹੇ ਤਾਰੇ, ਆਪ ਮੁਕਤ ਮੋਹੇ ਤਾਰੇ, ਐਸੇ ਗੁਰ ਕੋ ਬਲ ਬਲ ਗੁਰ ਕੋ ਬਲ ਬਲ ਜਾਈਏ, ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ, ਆਪ ਮੁਕਤ ਮੋਹੇ ਤਾਰੇ, ਆਪ ਮੁਕਤ ਮੋਹੇ ਤਾਰੇ, ਬਿਲਕੁਲ ਨਿਰਲੇਪ ਹਨ, ਮਾਇਆ ਮੋਹ ਤੋਂ ਬਚੇ ਹੋਏ ਨੇ। ਕੀ ਲਿਖਦੇ ਆ,
काम न क्रोध विरोध निरोध सदा शुद्ध बोध स्वरूप निकाम। जिहड़ा स्वरूप है निकाम है, कामना तो अधीन है, वासना नहीं कोई, साडे मन च वासना रहिंदी है क्योंकि असीं त्रैगुणी जीव हां। चौथे पद की सोची नहीं पर धन गुरु रामदास महाराज जी चौथे पद विच विराजदे हन, इस करके काम क्रोध तो परे हन। और जिहड़ा उहनां दी शरण विच जांदा है, उहनां दी बाणी पढ़दा है, उस अंदर ते भी काम वासना, क्रोध वासना, लोभ वासना, ए माया दी तृष्णा, ए सारे अवगुण मिट जांदे ने जी। काम करे जन साम परे, नित ताप हर नित होत अनाम। कहते काम करे जन साम परे, जेडे जन श्री गुरु रामदास जी दी शरण पै जांदे ने, देखो किड्डा प्यारा बोल लिखा, जेड़े जन त्रा त्रा करके असैप्ट करदे आ वी मेरिया सतगुरा हम अवगुण भरे एक गुण नाही, अमृत छाट विखै विखाई, माया हो भरम पै भूले सुत दारा स्यो प्रीत लगाई। एक उत्तम पंथ सुनियो पुर संगत, तेहे मिलंत जम त्रास मिटाई, एक अरदास पाठ कीरत की गुरु रामदास रखो शरणाई। जेड़े इधर त्रा करके पै जांदे हन, त्रा करके पै जांदे हन, जेड़े उहनां दी फिर गुरु साहब इच्छा पूरी कर, गुरु साहब फिर उहनां दी इच्छा पूरी करदे हन। किवें दी इच्छा पूरी करदे ने? काम करे जन शाम परे, दिन ताप हरे नित होत नाम। जेड़े शरण विच आ गए गुरु उन्हां दे काम करदे हन, सतगुरु महाराज उहदे किसे काम नूं रुकण नहीं दिंदे। आखो सतनाम, फिर उन्हां नूं ना कोई लक्ष्मी जंतर खरीदण दी लोड़ है ते ना उन्हां नूं किसे प्रकार दा कोई होर जंतर खरीदण दी लोड़ है। उह पूरे सतगुर दे चरणां दी शरण लै के मेहनत करदे हैं, ते जेड़े मेहनत करदे हैं ना फिर सतगुरु उन्हां दी मेहनत नूं भाग ला दिंदे आ। आखो सतनाम, गुरुदेव उन्हां दी मेहनत नूं भाग ला दिंदे। बस इउं समझ लो, इस वचन बारे मैं की कहां, मेरे कोल शब्द नहीं, वी जो गुरु रामदास महाराज दी शरण च आ जांदे हन, सतगुरु उहदा कोई काम अधीन नहीं छड्डदे, कोई अधूरा नहीं छड्डदे, बल्कि उस जन दे सारे काम पूरे हो जांदे। साध संगत इतना फल है सतगुरु दी शरण। कवि साहब कहिंदे उह बंदा उह इंसान अनाम हो जांदा है, इत्थे अनाम दे अर्थ है अरोग, उहदे शरीर च जैसा मर्जी रोग होवे पूरा सतगुरु उहदे रोग लवा दिंदा है, क्योंकि उस शरण विच आउण वाले उहदे भरोसा हो जांदा है। वाहेगुरु गोबिंदा मेरा, वाहेगुरु गोबिंदा, अखीरली पंक्ति की आखदे ने, यूं फरमांदे ने जी, नाम जपे अंग ब्रेद खपे, सोर पे हर रंग सदा अभिराम। कहिंदे जेड़ा इंसान हर वक्त गुरु रामदास गुरु रामदास गुरु रामदास जपदा रहिंदा है, जेड़ा ये आखदा है कि गुरु रामदास राखो शरणाई शरणाई, अतरा तरा कर गुरु दे चरण च पै जांदा है। कहिंदे सतगुरु उहदे पापां दा नाश कर देंदे हन। सच है, कई कहिंदे ना वी गुरु गुरु करना की हुंदा है, ਇਹ ਗੁਰੂ ਗੁਰੂ ਕਰਨਾ ਕੀ ਹੋ ਜਾਂਦਾ ਹੈ। ਜਿਨ੍ਹਾਂ ਦੀ ਰਸਨਾ ਹਰ ਵਕਤ ਗੁਰੂ ਗੁਰੂ ਕਰਦੀ ਹੈ ਉਹਨਾਂ ਦੇ ਲੇਖਾ ਮੁੱਕ ਜਾਂਦਾ ਹੈ ਕਰਮਾਂ ਵਾਲਾ, ਸਤਿਗੁਰੂ ਪੂਰਾ ਉਹਨਾਂ ਦੇ ਪੁਰਾਤਨ ਲੇਖੇ ਨੂੰ ਮੁਕਾ ਦਿੰਦਾ ਹੈ ਤੇ ਉਹਨਾਂ ਦੇ ਲੇਖਾਂ ਦੇ ਵਿੱਚ ਸ਼ੋਭਾ ਹੀ ਸ਼ੋਭਾ ਲਿਖ ਦਿੰਦਾ ਹੈ। ਮਹਾਰਾਜ ਦੀ ਬਾਣੀ ਦਾ ਵਚਨ ਹੈ
ਕਿ ਇੱਕ ਨਾਮ ਦੀ ਕਣੀ ਜਦੋਂ ਅੰਦਰ ਵਸ ਜਾਂਦੀ ਹੈ, ਜਿਵੇਂ ਇੱਕ ਛੋਟੀ ਜਿਹੀ ਚੰਗਿਆੜੀ ਮਣਾਂ ਨੂੰ ਹੀ ਲੱਕੜ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਇੱਦਾਂ ਹੀ ਨਾਮ ਦੀ ਕਣੀ ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦੀ ਆ। ਸਤਨਾਮ ਇਹ ਤਾਕਤ ਹੈ। ਜੋ ਗੁਰੂ ਗੁਰੂ ਜਪਦੇ ਹਨ ਉਹਨਾਂ ਦੇ ਪਾਪ ਚਲੇ ਜਾਂਦੇ ਹਨ। ਇਸ ਕਰਕੇ ਸੰਤ ਜਨਾ ਮਿਲ ਹਰ ਜਸ ਗਾਇਓ, ਸੰਤ ਜਨਾ ਮਿਲ ਹਰ ਜਸ ਗਾਇਓ, ਸੰਤ ਜਨਾ ਮਿਲ ਹਰ ਜਸ ਗਾਇਓ, ਸੰਤ ਜਨਾ ਮਿਲ ਹਰ ਜਸ ਗਾਇਓ। ਜਦੋਂ ਤੁਸੀਂ ਇਹਦਾ ਸਾਧੂਆਂ ਦੀ ਸ਼ਰਨ ਚ ਬੈਠਣ ਲੱਗ ਗਏ, ਬੈਨੀਫਿਟ ਕੀ ਹੋਏਗਾ, ਫਾਇਦਾ ਕੀ ਹੋਏਗਾ, ਕਿਉਂ ਕਿੱਡਾ ਵੱਡਾ ਫਾਇਦਾ। ਕੋਟ ਜਨਮ ਕੇ ਦੁੱਖ ਗਵਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਹੋਰ ਕੀ ਫਾਇਦਾ ਹੁੰਦਾ। ਕਹਿੰਦੇ ਜਦੋਂ ਅਸੀਂ ਸਾਧੂ ਦੀ ਸ਼ਰਨ ਚ ਬਹਿੰਦੇ ਹਾਂ, ਮਨ ਇੰਨਾ ਸੁੱਚਾ ਪਵਿੱਤਰ ਹੋ ਜਾਂਦਾ ਹੈ ਕਿ ਅੰਦਰ ਉੱਠਣ ਵਾਲੀਆਂ ਤਰੰਗਾਂ, ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੋਏ ਇਨਸਾਨ ਦੇ ਅੰਦਰ ਉੱਠਣ ਵਾਲੀਆਂ ਤਰੰਗਾਂ, ਗੁਰੂ ਗੁਰੂ ਕਰਨ ਵਾਲੇ ਇਨਸਾਨ ਦੇ ਉੱਠਣ ਵਾਲੀਆਂ ਤਰੰਗਾਂ ਭਾਵ ਇੱਛਾ, ਉਹ ਜੋ ਚਾਹੁੰਦਾ ਹੈ ਉਸੇ ਵਕਤ ਪੂਰਾ ਹੋ ਜਾਂਦਾ ਹੈ। ਆਖੋ ਸਤਨਾਮ। ਜੋ ਚਾਹਤ ਸੋਈ ਮਨ ਪਾਇਓ, ਜੋ ਚਾਹਤ ਸੋਈ ਮਨ ਪਾਇਓ, ਜੋ ਚਾਹਤ ਸੋਈ ਮਨ ਪਾਇਓ, ਜੋ ਚਾਹਤ ਸੋਈ ਮਨ ਪਾਇਓ। ਨਾਮ ਜਪੇ ਅਗ ਬ੍ਰਿੰਦ ਖਪੇ, ਬਿੰਦ ਅਗ ਦਾ ਅਰਥ ਹੁੰਦਾ ਪਾਪ, ਬ੍ਰਿੰਦ ਦਾ ਅਰਥ ਹੁੰਦਾ ਸਮੂਹ, ਪਾਪਾਂ ਦੇ ਸਮੂਹ ਖਤਮ ਹੋ ਜਾਂਦੇ, ਐਸਾ ਸਤਿਗੁਰੂ ਦਾ ਨਾਮ ਹੈ। ਕਿਉਂ? ਕਿਉਂਕਿ ਹਰ ਰੰਗ ਰਪੇ ਸਦਾ ਅਭਿਰਾਮ, ਕਿਉਂਕਿ ਗੁਰੂ ਰਾਮਦਾਸ ਜੀ ਅਭਿਰਾਮ ਹਨ, ਮਾਇਆ ਦੇ ਨਿਰਲੇਪ, ਮਾਇਆ ਤੋਂ ਨਿਰਲੇਪ ਹਨ, ਮਾਇਆ ਦੇ ਮੋਹ ਤੋਂ ਉੱਚੇ ਉੱਠੇ ਹਨ। ਜਿਹੜੇ ਉਹਨਾਂ ਦੇ ਨਾਮ ਵਿੱਚ ਰੰਗਦੇ ਹਨ ਉਹ ਮੁਕਤ ਹੋ ਜਾਂਦੇ ਆ। ਖੁਦ ਸਤਨਾਮ। ਲੋ ਜੀ, ਆਓ ਹੁਣ ਗੁਰੂ ਅਰਜਨ ਦੇਵ ਮਹਾਰਾਜ ਦੀ ਸਿਫਤ। ਇਹ ਕਵਿਤ ਜਿਹੜਾ ਸੀ ਗੁਰੂ ਰਾਮਦਾਸ ਮਹਾਰਾਜ ਦੀ ਸਿਫਤ ਸੀ। ਹੁਣ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦਾਂ ਦੇ ਸਰਤਾਜ, ਪ੍ਰਤੱਖ ਪਾਰ ਬ੍ਰਹਮ ਦਾ ਰੂਪ ਸਾਕਸ਼ਾਤ ਨਾਰਾਇਣ ਆਪ, ਕਿਵੇਂ ਉਹਨਾਂ ਦੀ ਵਡਿਆਈ ਕਵੀ ਸਭ ਕਰਦੇ ਆ। ਲੋ ਪਿਆਰ ਨਾਲ ਸੁਣਨਾ ਕਰੋ, ਇਉਂ ਬਚਨ ਫਰਮਾਉਂਦੇ ਨੇ ਵੀ ਆਪਣੇ ਗਿਆਨ ਦੇ ਨੇਤਰਾਂ ਨਾਲ ਸ੍ਰੀ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਚਰਨ ਸਪਰਸ਼ ਕਰਦੇ ਹੋਏ, ਉਹ ਤਸਵੀਰ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਪਣੇ ਹਿਰਦੇ ਚੋਂ ਉਕਰਦੇ ਹੋਏ ਉਹ ਬਿਆਨ ਕਰਦੇ ਹਨ। ਗੁਰੂ ਕਿਸੇ ਕੋ ਸਾਨੂੰ ਸਭ ਨੂੰ ਏਦਾਂ ਦਰਸ਼ਨ ਕਰਨੇ ਚਾਹੀਦੇ ਹਨ। ਇਹਨੂੰ ਸੁਰਤੀ ਮਾਰਗ ਕਹਿੰਦੇ ਹਨ। ਨੇਤਰ ਜੋੜ ਕਰਕੇ ਆਪਣੇ ਅੰਦਰ ਵਾਸਨਾ ਨੂੰ ਰੋਕ ਕਰਕੇ, ਖਿਆਲਾਂ ਦੇ ਪ੍ਰਜਾਲ ਨੂੰ ਰੋਕ ਕਰਕੇ ਸਤਿਗੁਰ ਦੇ ਚਰਨਾਂ ਵਿੱਚ ਸਮਾਹਿਤ ਹੋਣਾ ਇਹ ਸੁਰਤ ਦਰਸ਼ਨ ਹੈ। ਕਿਵੇਂ ਸੁਰਤ ਦਰਸ਼ਨ ਕਰਾ ਰਹੇ ਗੁਰੂ ਅਰਜਨ ਸਾਹਿਬ ਦੀ ਸਿਫਤ? ਸ੍ਰੀ ਸਤਿਗੁਰ ਅਰਜਨ ਕੁਲ ਚੰਦ, ਕਹਿੰਦੇ ਗੁਰੂ ਅਰਜਨ ਦੇਵ ਜੀ ਕੁਲ ਦੇ ਚੰਦਰਮਾ ਹਨ। ਆਖੋ ਸਤਨਾਮ। ਕੁਲ ਦੇ ਚੰਦਰਮਾ, ਜਿਨ੍ਹਾਂ ਤੇ ਕਲੰਕ ਕੋਈ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਕਲੰਕ ਨਹੀਂ। ਇੱਥੇ ਚੰਦਰਮਾ ਲਫ਼ਜ਼ ਕਿਉਂ ਵਰਤੇ ਆ, ਨਾਲ ਹੀ ਚੰਦਨ ਲਫ਼ਜ਼ ਵੀ ਵਰਤਦੇ ਆ। ਚੰਦਨ ਸੰਭਜ ਸ਼ੀਤ ਮੁਕੰਦ, ਕਹਿੰਦੇ ਚੰਦਨ ਚੰਦਰਮਾ ਵਰਗੇ ਹਨ, ਚੰਦਨ ਵਰਗੇ ਹਨ। ਜਿਵੇਂ ਚੰਦਨ ਠੰਡਾ ਹੈ, ਜਿਵੇਂ ਚੰਦਰਮਾ ਦੇ ਵਿੱਚ ਠੰਡਕ ਹੈ, ਤਿਵੇਂ ਗੁਰੂ ਅਰਜਨ ਦੇ ਵਿੱਚ ਠੰਡਕ ਹੈ। ਆਖੋ ਸਤਨਾਮ। ਠੰਡੇ ਹਨ, ਤੁਸੀਂ ਦੇਖੋ ਨਾ ਤਪਾਉਣ ਵਾਲੇ ਕਿੰਨੇ ਸੀ। ਰੁੱਤ ਤਪਦੀ ਸੀ, ਜੇਠ ਹਾੜ ਦੀ ਰੁੱਤ ਕਿੰਨੀ ਤਪਦੀ ਹੈ, ਮਹੀਨਾ ਕਿੰਨਾ ਤਪਣ ਵਾਲਾ,
ਸਾਰਾ ਮਹੀਨਾ ਹੀ ਤੱਤਾ ਹੈ, ਬਹੁਤ ਗਰਮੀ ਹੈ। ਦੇਖੋ ਚੰਦੂ ਤੱਤਾ, ਜਹਾਂਗੀਰ ਤੱਤਾ, ਤਵੀ ਤੱਤੀ, ਰੇਤਾ ਤੱਤਾ, ਇੱਥੇ ਸੁਲਹੀ ਖਾਂ ਤੱਤਾ, ਮੁਰਤਜਾ ਖਾਂ ਤੱਤਾ, ਔਰ ਜਿਸ ਤਵੀ ਤੇ ਬੈਠੇ ਉਹਦੇ ਥੱਲੇ ਭਾਂਬੜ ਵਾਲਦੇ ਅੱਗ, ਉਹ ਤੱਤੀ, ਸੂਰਜ ਪੈ ਰਿਹਾ, ਸੂਰਜ ਦੀਆਂ ਕਿਰਨਾਂ ਤੇਜ, ਉਹ ਮੌਸਮ, ਉਹ ਰੁੱਤ ਤੱਤੀ, ਜੇ ਸਭ ਕੁਝ ਤੱਤਾ ਸੀ, ਪਰ ਇੱਕੋ ਚੀਜ਼ ਠੰਡੀ ਸੀ, ਧੰਨ ਗੁਰੂ ਅਰਜਨ ਦੇਵ ਜੀ। ਐਸੇ ਠੰਡੇ ਸਭ ਤੱਤੇ ਤੇ ਠੰਡਾ ਕੌਣ? ਸ੍ਰੀ ਸਤਿਗੁਰੂ ਗੁਰੂ ਅਰਜਨ ਦੇਵ ਜੀ। ਕਹਿੰਦੇ ਸਾਰੇ ਗੁਣ ਮਹਾਰਾਜ ਦੇ ਤੁਸੀਂ ਤੱਕੋ, ਸਾਰੇ ਗੁਣਾਂ ਦੇ ਵਿੱਚ ਸ੍ਰੇਸ਼ਟ ਗੁਣ ਮੇਰੇ ਸਤਿਗੁਰੂ ਦਾ ਸ਼ੀਤਲਤਾਈ ਵਾਲਾ ਹੈ। ਆਖੋ ਸਤਨਾਮ, ਠੰਡੇ ਰਹਿੰਦੇ। ਤੁਸੀਂ ਦੇਖੋ ਨਾ, ਭਾਈ ਨੇ ਕਿੰਨੀ ਵਿਰੋਧਤਾ ਕੀਤੀ। ਇਨਸਾਨ ਬਾਹਰ ਦੀ ਹਰੇਕ ਲੜਾਈ ਲੜ ਲੈਂਦਾ, ਪਰ ਘਰ ਤੋਂ ਜੇ ਉਹਦੀ ਵਿਰੋਧਤਾ ਹੋਣ ਲੱਗ ਜੇ, ਇਨਸਾਨ ਕਮਜ਼ੋਰ ਪੈ ਜਾਂਦਾ। ਬਾਹਰੀ ਤੌਰ ਤੇ ਇਨਸਾਨ ਹਰੇਕ ਨੂੰ ਫੇਸ ਕਰ ਸਕਦਾ, ਕਿਸੇ ਵੀ ਮੁਸ਼ਕਲ ਨੂੰ ਫੇਸ ਕਰ ਸਕਦਾ, ਕਿਸੇ ਵੀ ਵੱਡੇ ਤੋਂ ਵੱਡੇ ਹਮਲੇ ਨੂੰ ਜੁਗਤ ਦੇ ਨਾਲ ਰੋਕਣ ਦਾ ਯਤਨ ਕਰਦਾ। ਪਰ ਜਦ ਘਰ ਤੋਂ ਵਿਰੋਧਤਾ ਹੋਵੇ, ਘਰ ਤੋਂ ਸਾਜ਼ਿਸ਼ਾਂ ਰਚੀਆਂ ਜਾਣ, ਉਸ ਵਕਤ ਵੀ ਠੰਡੇ ਰਹਿਣ ਵਾਲੇ ਕੇਵਲ ਗੁਰੂ ਅਰਜਨ ਦੇਵ ਜੀ। ਦੇਖੋ ਨਾ, ਇੱਕੋ ਇੱਕ ਪੁੱਤਰ ਹੋਵੇ ਘਰ ਚ, ਤੇ ਉਸੇ ਪੁੱਤਰ ਨੂੰ ਮਾਰਨ ਦੀਆਂ ਤਿੰਨ ਵਾਰ ਚਾਲਾਂ ਭਰਾ ਵੱਲੋਂ ਹੀ ਚੱਲੀਆਂ ਜਾਣ, ਤਿੰਨ ਵਾਰ ਵੱਡੀਆਂ ਸਾਜ਼ਿਸ਼ਾਂ ਭਰਾ ਵੱਲੋਂ ਹੀ ਚੱਲੀਆਂ ਜਾਣ, ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ, ਜੋ ਹਰੇਕ ਮਾਂ ਬਾਪ ਨੂੰ ਜਿਵੇਂ ਪਿਆਰ ਤੇ ਪ੍ਰੀਤ ਹੁੰਦੀ ਹੈ, ਪਰ ਉਹਨਾਂ ਦੀ ਫਿਕਰ ਕਰਦੇ ਹੈ, ਪਰ ਕਦੇ ਵੀ ਇਹ ਫਿਕਰ ਨਹੀਂ ਕੀਤੀ, ਕਿਉਂਕਿ ਰਾਖਾ ਏਕ ਮਾਰਾ ਸੀ। ਆਪਣੇ ਭਰਾ ਨੂੰ ਕਦੇ ਵੀ ਮਾੜਾ ਨਹੀਂ ਕਿਹਾ। ਬਲਕਿ ਇੱਕ ਵਾਰੀ ਕੀ ਹੋਇਆ, ਜਦੋਂ ਸ੍ਰੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਭਰਾ ਬਾਬਾ ਪ੍ਰਿਥੀ ਚੰਦ ਬਿਮਾਰ ਹੋਏ, ਬੁਖਾਰ ਚੜਿਆ ਬਹੁਤ, ਤੇ ਦੇਖਿਆ ਵੀ ਮੇਰੀ ਭਰਜਾਈ ਰੋਜ਼ਾਨਾ ਜਦੋਂ ਮੈਂ ਦਰਬਾਰ ਸਾਹਿਬ ਜਾਂਦਾ, ਕੋਠੇ ਤੇ ਖੜ ਕੇ ਬੋਲ ਕਬੋਲ ਬੋਲਦੀ ਹੈ, ਕਦੇ ਵੀ ਆਪਣੀ ਭਰਜਾਈ ਜਿਹਦਾ ਨਾਮ ਕਰਮੋ ਸੀ, ਉਹਦੇ ਵੱਲੋਂ ਬੋਲੇ ਹੋਏ ਬੋਲਾਂ ਦਾ ਕਦੇ ਗੁਰੂ ਜੀ ਨੇ ਬਦਲ ਕੇ ਜਵਾਬ ਨਹੀਂ ਦਿੱਤਾ। ਮੈਂ ਤਾਂ ਇੱਥੇ ਤੱਕ ਪੜ੍ਹਿਆ, ਕਹਿੰਦੇ ਉਹ ਕਦੇ ਕੋਠੇ ਤੇ ਚੜ੍ਹ ਕੇ ਧੂੜ ਉਡਾਉਣ ਲੱਗ ਜਾਂਦੀ ਸੀ, ਕਦੇ ਕੂੜਾ ਰਸਤੇ ਚ ਸੁੱਟ ਦੇਣਾ, ਪਰ ਸਤਿਗੁਰੂ ਜੀ ਨੇ ਕਦੇ ਨਹੀਂ ਕਿਹਾ। ਜਦ ਦੇਖਿਆ ਵੀ ਦੋ ਤਿੰਨ ਦਿਨ ਤੋਂ ਭਰਜਾਈ ਦਿਖ ਨਹੀਂ ਰਹੇ, ਅੰਦਰ ਕੁੰਡਾ ਖੜਕਾ ਕੇ ਅੰਦਰ ਗਏ, ਦੇਖਿਆ ਪ੍ਰਿਥੀ ਚੰਦ ਦੇ ਸਰਾਣੇ ਬੈਠੇ, ਕੋਲ ਜਾ ਕੇ ਕਹਿਣ ਲੱਗੇ ਬੜੇ ਪਿਆਰ ਨਾਲ, ਜੋ ਬਣਦਾ ਸਤਿਕਾਰ ਸੀ ਵੱਡੇ ਭਰਾ ਦਾ ਉਹ ਦਿੱਤਾ। ਇਹ ਚੀਜ਼ਾਂ ਅਸੀਂ ਅੱਜ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਭੁੱਲਦੇ ਜਾਂਦੇ ਹਾਂ, ਪਰ ਜਦ ਤੁਸੀਂ ਗੁਰੂ ਸਾਹਿਬਾਨਾਂ ਦੇ ਜੀਵਨ ਦਾ ਸਰਵੇਖਣ ਕਰੋ, ਜੋ ਛੋਟ ਵਡਿਆਈ, ਜੋ ਰਿਸ਼ਤੇ ਦੀਆਂ ਕਦਰਾਂ ਕੀਮਤਾਂ ਗੁਰੂ ਸਾਹਿਬਾਨਾਂ ਨੇ ਸਾਨੂੰ ਸਿਖਾਈਆਂ, ਅੱਜ ਅਸੀਂ ਉਹਨਾਂ ਕਦਰਾਂ ਕੀਮਤਾਂ ਤੋਂ ਬਹੁਤ ਦੂਰ ਬੈਠੇ ਹਾਂ। ਸਤ ਸੰਗਤ, ਜਦੋਂ ਕੋਲ ਗਏ ਖੜੀ ਹੋਈ ਉੱਠ ਕੇ, ਭਰਜਾਈ ਕਰਮੋ ਕੀ ਗੱਲ, ਭਰਜਾਈ ਰੋਕ ਕਿਉਂ ਰਹੇ, ਅੱਖਾਂ ਗਰਮ ਕਿਉਂ ਹੈ? ਕਹਿਣ ਲੱਗੀ, ਤੁਹਾਡੇ ਭਰਾ ਦੀ ਸਿਹਤ ਜਿਹੜੀ ਹੈ, ਤਿੰਨ ਦਿਨਾਂ ਤੋਂ ਬਹੁਤ ਲਾਚਾਰ ਹੈ, ਬਹੁਤ ਖਰਾਬ ਹੋ ਚੁੱਕੀ ਹੈ। ਗੁਰੂ ਸਾਹਿਬ ਨੇ ਉਸੇ ਵਕਤ ਹੱਥ ਜੋੜ ਕੇ ਬੇਨਤੀ ਕਰੀ ਅਕਾਲ ਪੁਰਖ ਨੂੰ, ਅਕਾਲ ਪੁਰਖ ਦੇ ਚਰਨਾਂ 'ਚ, ਕਿ ਸਰਬੱਤ ਦਾ ਭਲਾ ਮੰਗਣ ਵਾਲੇ ਹੈ, ਵੈਰੀ ਵਿਰੋਧੀ ਜਿਹੜਾ ਮਰਜ਼ੀ ਹੋਵੇ, ਕਿਸੇ ਦੇ ਨਾਲ ਵੈਰ ਨਹੀਂ ਰੱਖਦੇ, ਉਹਦਾ ਵੀ ਭਲਾ ਕਰਦੇ ਹੈ, ਕੋਈ ਗੱਲ ਨੀ, ਅਕਾਲ ਪੁਰਖ ਭਲੀ ਕਰੇਗਾ, ਗੁਰੂ ਨਾਨਕ ਭਲੀ ਕਰਨਗੇ। ਦੋਨੇ ਹੱਥ ਜੋੜ ਕੇ ਅਰਦਾਸ ਕੀਤੀ, ਮੇਰੇ ਭਰਾ ਦੀ ਰੱਖਿਆ ਕਰੋ। ਆਖੋ ਸਤਨਾਮ, ਕਿੰਨੀ ਠੰਡਕ ਹੈ ਮੇਰੇ ਗੁਰੂ ਅਰਜਨ। ਸੁਣੋ ਬਚਨ ਕਿੰਨਾ ਪਿਆਰਾ ਹੈ, ਸ੍ਰੀ ਸਤਿਗੁਰ ਅਰਜਨ ਕੁਲ ਚੰਦ, ਚੰਦਨ ਸਨ ਬਚ ਸ਼ੀਤ ਮੁਕੰਦ। ਕਹਿੰਦੇ ਚੰਦਨ ਵਰਗੀ ਸ਼ੀਤਲਤਾ ਹੈ ਵਿੱਚ, ਜਿਵੇਂ ਚੰਦਰਮਾ ਦੀ ਚਾਂਦਨੀ ਕਿੰਨੀ ਠੰਡੀ ਹੁੰਦੀ ਹੈ, ਫਲਾਂ ਦੇ ਵਿੱਚ ਰਸ ਭਰਦਾ, ਕਿਉਂਕਿ ਚੰਦਰਮਾ ਨਾ ਹੋਵੇ ਫਲ ਬੇਸ ਵੱਧਦੇ ਹੈ, ਜਿੰਨਾ ਰਸ ਹੈ ਚੰਦਰਮਾ ਕਰਕੇ ਫਲਾਂ ਵਿੱਚ ਹੈ। ਜੇ ਕਹਿੰਦੇ ਗੁਰਸਿੱਖਾਂ ਵਿੱਚ ਪ੍ਰੇਮ ਹੈ, ਤੇ ਗੁਰੂ ਅਰਜਨ ਦੇ ਵਿੱਚੋਂ ਆ ਰਹੀ ਠੰਡਕ ਕਰਕੇ ਹੈ। ਆਖੋ ਸਤਨਾਮ। ਦੂਜਾ ਬਚਨ ਭਰਵਾਂ ਬਚਨ ਕੀਤਾ, ਸ਼ੀਤ ਮੁਕੰਦ। ਕਹਿੰਦੇ ਠੰਡਕ ਤਾਂ ਹੈ ਹੀ ਹੈ, ਜਿਹੜਾ ਐਸੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਚ ਆਉਂਦਾ ਹੈ, ਉਹਨੂੰ ਮੁਕਤੀ ਦੇ ਦਿੰਦੇ ਹਨ। ਕਿੰਨਾ ਦੀ ਮੁਕਤੀ? ਇੱਕ ਤਾਂ ਹੁੰਦੀ ਮਰਨ ਤੋਂ ਬਾਅਦ ਮੁਕਤੀ, ਤੇ ਇੱਕ ਹੁੰਦੀ ਜਿਉਂਦੇ ਜੀ ਮੁਕਤੀ। ਜਦੋਂ ਬਾਬਾ ਪ੍ਰਿਥੀ ਚੰਦ ਜੀ ਵਿਰੋਧੀ ਬਣ ਕੇ ਲੱਗੇ ਹੋਏ ਹੈ, ਉੱਥੇ ਐਸੇ ਵੀ ਗੁਰਸਿੱਖ ਸੀ ਜਿਹੜੇ ਮਹਾਰਾਜ ਦੇ ਨਾਲ ਬੜੇ ਪਿਆਰ ਦੇ ਵਿੱਚ ਆ ਕੇ ਗੁਰੂ ਦੀ ਸੇਵਾ ਕਰ ਰਹੇ ਸੀ। ਉਹਦੇ ਵਿੱਚ ਜਦੋਂ ਭਾਈ ਵਿਧੀ ਚੰਦ ਆਏ,
ਸਭ ਇਤਿਹਾਸ ਵਿੱਚ ਜਾਣਦੇ ਹੈ ਕਿ ਚੋਰੀਆਂ ਕਰਨਾ ਭਾਈ ਵਿਧੀ ਚੰਦ ਦਾ ਕੰਮ ਆ। ਚੋਰੀਆਂ ਕਰਨਾ ਬਹੁਤ ਭੈੜੀ ਆਦਤ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਰਨ ਵਿੱਚ ਜਦੋਂ ਆਏ ਨਾ ਪਹਿਲੀ ਵਾਰ ਗੁਰੂ ਜੀ ਨੇ ਸਮਝਾ ਦਿੱਤਾ ਕਿ ਚੋਰ ਕੀ ਹਮ ਪਰੇ ਨਾ ਕੋਏ, ਚੋਰ ਕੀ ਹਮ ਪਰੇ ਨਾ ਕੋਏ, ਚੋਰ ਕੀ ਹਮ ਪਰੇ ਨਾ ਕੋਏ, ਚੋਰ ਕੀ ਹਮ ਗਵਾਹੀ ਨੀ ਕੋਈ ਭਰਦਾ। ਔਰ ਚੋਰ ਕਰੇ ਉਹ ਚੰਗਾ ਕਿਵੇਂ ਹੋ ਸਕਦਾ? ਹੱਥ ਜੋੜੇ ਮਾਲਕ ਜੀ, ਮੇਰੇ ਤਾਂ ਸੁਭਾਅ ਚ ਚੋਰੀਆਂ ਪੱਕ ਚੁੱਕੀਆਂ, ਮੈਂ ਇਹਨੂੰ ਕਿਵੇਂ ਛੱਡਾਂ, ਕਿਵੇਂ ਮੁਕਤ ਹੋਵਾਂ? ਮੇਰੇ ਤੋਂ ਚੋਰੀ ਨੀ ਛੱਡੀ ਜਾਂਦੀ। ਇਹ ਸਤਿਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਮੁਸਕਰਾ ਕਰਕੇ ਵੀ ਮੈਂ ਤੈਨੂੰ ਕਹਿੰਦਾ ਚੋਰੀ ਛੱਡ ਦੇ। ਫਿਰ ਬਾਬਾ ਪ੍ਰਿਥੀ ਚੰਦ ਕਹਿ, ਬਾਬਾ ਵਿਧੀ ਚੰਦ ਕਹਿਣ ਲੱਗੇ ਮੇਰੇ ਤੋਂ ਚੋਰੀ ਨੀ ਛੱਡੀ ਜਾਂਦੀ। ਤੇ ਸਤਿਗੁਰੂ ਅਰਜਨ ਸਾਹਿਬ ਜੀ ਮੁਸਕਰਾਏ, ਕਹਿਣ ਲੱਗੇ ਪਾਤਸ਼ਾਹ ਜੇ ਮੈਂ ਲਚਾਰ ਹਾਂ ਤੇ ਤੂੰ ਤਾਂ ਛਡਾ ਸਕਦੇ, ਮੈਨੂੰ ਮੁਕਤ ਕਰ ਦੇ। ਆਖੋ ਸਤਨਾਮ, ਮੈਂ ਲਚਾਰ ਹਾਂ, ਮੇਰੇ ਚ ਤਾਕਤ ਨਹੀਂ, ਮੈਂ ਆਪਣਾ ਅਵਗੜ ਛੱਡ ਸਕਾਂ, ਪਰ ਤੇਰੇ ਚ ਤਾਂ ਸਮਰੱਥ ਹੈ, ਤੇਰੇ ਚ ਤਾਂ ਤਾਕਤ ਹੈ, ਤੂੰ ਹੀ ਮੈਨੂੰ ਬਚਾ ਲਾ। ਸਾਧ ਸੰਗਤ ਜੂੰਦੇ ਜੀ ਮੁਕਤ ਕੀਤਾ। ਇੱਕ ਤਾਂ ਉਹਦਾ ਮਰਨ ਤੋਂ ਬਾਅਦ ਮੁਕਤੀ, ਚੋਰੀਆਂ ਕਰਨੀਆਂ ਸੁਭਾਅ ਵਿੱਚ ਪੱਕ ਚੁੱਕਿਆ ਸੀ ਭਾਈ ਵਿਧੀ ਚੰਦ, ਜੂੰਦੇ ਜੀ ਮੁਕਤ ਕੀਤਾ, ਚੋਰੀਆਂ ਕਰਨ ਤੋਂ ਹਟਾ ਲਿਆ। ਏਦਾਂ ਮੁਕਤੀ ਦਿੰਦੇ ਆ, ਜਿਹੜਾ ਸ਼ਰਨ ਵਿੱਚ ਆ ਜੇ ਪਾਪਾਂ ਤੋਂ ਮੁਕਤ ਕਰਾ ਦਿੰਦੇ ਆ, ਜਮਾਂ ਦੀ ਫਾਹੀ ਤੋਂ ਮੁਕਤ ਕਰਾ ਦਿੰਦੇ ਆ, ਜੰਮਣ ਮਰਨ ਤੋਂ ਮੁਕਤ ਕਰਾ ਦਿੰਦੇ ਆ। ਆਖੋ ਸਤਨਾਮ। ਐਸੇ ਗੁਰੂ ਅਰਜਨ ਹਨ ਜੀ, ਕੰਦ ਆਨੰਦ ਬੇਮੋ ਨੇ ਕੰਦ, ਕੰਦਲ ਸੁਖਦ ਤਿਨ ਹੋ ਮਨ ਬੰਦ। ਸ੍ਰੀ ਸਤਿਗੁਰ ਅਰਜਨ ਦੇ ਮਹਾਰਾਜ ਦੀ ਸਿਫਤ ਵਿੱਚ ਕਵੀ ਸਾਹਿਬ ਕੀ ਕਹਿੰਦੇ ਨੇ, ਕੰਦ ਆਨੰਦ ਵਿਮੋਹ ਨਿਕੰਦ। ਕਹਿੰਦੇ ਮੋਹ ਤੋਂ ਨਿਕੰਦ ਹਨ, ਮੋਹ ਨੂੰ ਨਾਸ਼ ਕਰਨ ਵਾਲੇ। ਇਹ ਮੋਹ ਸਭ ਤੋਂ ਵੱਡਾ ਵਿਕਾਰ ਹੈ ਪੰਜਾਬ ਵਿੱਚ, ਜਿੱਥੇ ਪਾਤਸ਼ਾਹ ਨੇ ਹਉਮੈ ਨੂੰ ਵੱਡਾ ਦੀਰਘ ਰੋਗ ਕਿਹਾ ਨਾ। ਜਿਹੜਾ ਹਉਮੈ ਦੀਰਘ ਰੋਗ ਹੈ, ਜਿਹੜਾ ਮੋਹ ਹੈ, ਇਹ ਲਵੇਰਾ ਵਿਕਾਰ ਹੈ। ਇਨਸਾਨ ਬਜ਼ੁਰਗ ਵੀ ਹੋ ਜਾਏ ਨਾ, ਮੋਹ ਦੀਆਂ ਪਕੜਾਂ ਉਨੀਆਂ ਮਜ਼ਬੂਤ ਹੁੰਦੀਆਂ ਜਾਂਦੀਆਂ। ਸਾਰੇ ਵਿਕਾਰਾਂ ਦੀ ਜੋ ਉਮਰ ਦੇਖੀਏ, ਮੋਹ ਦੀ ਉਮਰ ਸਭ ਤੋਂ ਵੱਧ ਦੱਸੀ ਗਈ ਹੈ ਵਿਦਵਾਨਾਂ ਦੁਆਰਾ। ਮੋਹ ਨੂੰ ਛੇਦਣਾ, ਮੋਹ ਨੂੰ ਭੇਦਣਾ ਬੜਾ ਔਖਾ ਹੈ। ਇਨਸਾਨ ਮੋਹ ਛੱਡਦਾ ਛੱਡਦਾ ਬਹੁਤ ਦੂਰ ਚਲਿਆ ਜਾਏ ਤਦ ਵੀ ਮੋਹ ਨਹੀਂ ਛੁੱਟਦਾ। ਇਹ ਜਿਤਨਾ ਮਰਜ਼ੀ ਇਨਸਾਨ ਯਤਨ ਕਰੇ, ਪਦਾਰਥ ਦਾ ਮੋਹ, ਮਟੀਰੀਅਲ ਦਾ ਮੋਹ ਜਿਹੜਾ ਹੈ ਇਨਸਾਨ ਤੋਂ ਛੁੱਟਦਾ ਨਹੀਂ। ਪਰ ਜੋ ਇਨਸਾਨ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਚ ਆ ਜਾਂਦੇ ਹਨ, ਸਤ ਜਾਣਿਓ ਮੇਰੇ ਸਤਿਗੁਰ ਉਹਨਾਂ ਦੇ ਮੋਹ ਨੂੰ ਖਤਮ ਕਰ ਦਿੰਦੇ ਆ। ਖੁਦ ਸਤਨਾਮ। ਸੁਣੋ ਕੀ ਕਿਹਾ, ਕੰਦ ਆਨੰਦ, ਆਨੰਦ ਦੇ ਸੋਮੇ ਹਨ, ਬੋ ਮੋਹ ਨਿਕੰਦ, ਮੋਹ ਨੂੰ ਨਾਸ਼ ਕਰਨ ਵਾਲੇ ਹਨ, ਕੰਦਲ ਸੁਖਦ ਤੈਨੂੰ ਪਦ ਬੰਦ। ਕਹਿੰਦੇ ਜਿਨ੍ਹਾਂ ਦੇ ਚਰਨ ਕਵਲ ਵਰਗੇ ਹਨ, ਮੈਂ ਦੋਨੇ ਹੱਥ ਜੋੜ ਕੇ ਐਸੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਨਮਸਕਾਰ ਕਰਦਾ ਹਾਂ। ਸਤਨਾਮ। ਲੋ ਜੀ, ਆਓ ਗੁਰੂ ਹਰਗੋਬਿੰਦ ਮਹਾਰਾਜ ਦੀ ਸਿਫਤ ਕੀ ਮਹਿਮਾ ਕਰਦੇ ਕਵੀ ਸਾਹਿਬ। ਇਹ ਸਿਫਤ ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਉਪਮਾ ਵਿੱਚ। ਲੋ ਸੁਣੋ ਕਵੀ ਸਾਹਿਬ ਕੀ ਬਿਆਨ ਕਰਦੇ ਹਨ, ਬੜੇ ਪਿਆਰ ਨਾਲ ਸ਼ਰਵਣ ਕਰੋ ਜੀ। ਵਾਰੀ ਇੱਕ ਤਰ ਜੈ ਤਰ ਵਾਰੀ, ਵਾਰੀ ਸਤਰ ਸੈਨ ਮਲ ਵਾਰੀ। ਹਰੇਕ ਸਤਿਗੁਰ ਜੀ ਦਾ ਜਦੋਂ ਆਪਾਂ ਰੂਪ ਦੇਖਦੇ ਨਾ, ਇੱਕ ਨਵੇਂ ਤੋਂ ਨਵਾਂ ਗੁਣ ਮੇਰੇ ਸਾਹਿਬਾਂ ਦਾ ਨਿਕਲ ਕੇ ਸਾਹਮਣੇ ਆਉਂਦਾ। ਰੂਪ ਇੱਕੋ ਹੀ ਹੈ ਗੁਰੂ ਨਾਨਕ ਵਾਲਾ, ਪਰ ਜਦੋਂ ਦਰਸ਼ਨ ਕਰਦੇ ਵਿਲੱਖਣ ਗੁਣ ਨੇ ਸਤਿਗੁਰ ਦੇ, ਚਮਕਾ ਮਾਰਦੇ ਹੋਏ। ਕਵੀ ਸਾਹਿਬ ਸਤਿਗੁਰ ਦੀ ਸਿਫਤ ਸ਼ੁਰੂ ਕਰਦੇ ਹੈ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਬਿਠਾ ਕਰਕੇ ਉੱਚੇ ਪਲੰਗ ਦੇ ਉੱਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਨੂੰ ਦੋ ਤਲਵਾਰਾਂ ਪਾਈਆਂ। ਕਹਿੰਦੇ ਇੱਕੋ ਵਾਰ ਵਿੱਚ ਦੋ ਤਲਵਾਰਾਂ ਪਹਿਨੀਆਂ। ਆਖੋ ਸਤਨਾਮ। ਇੱਕੋ ਵਾਰ ਦੇ ਵਿੱਚ ਕਈ ਸੱਜਣ ਏਦਾਂ ਦੀਆਂ ਗੱਲਾਂ ਵੀ ਕਰਦੇ ਆ ਵੀ ਬਾਬਾ ਬੁੱਢਾ ਜੀ ਦਾ ਤਲਵਾਰ ਪਾਉਣ ਲੱਗੇ ਸੱਜੇ ਪਾਸੇ ਨੂੰ ਪਾਉਣ ਦੀ ਬਜਾਏ ਨਾ ਖੱਬੇ ਮੋਢੇ ਤੋਂ, ਖੱਬੇ ਮੋਢੇ ਤੇ ਸੱਜੇ ਵਾਲੇ ਪਾਸੇ ਨੂੰ ਪਾ ਦਿੱਤੀ। ਤੇ ਬਾਬਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਵੀ ਇਹ ਤਾਂ ਜੀ ਪੁੱਠੇ ਪਾਸੇ ਪੈ ਗਈ,
ਤੇ ਕਿਹਾ ਜੀ ਮੈਨੂੰ ਪਤਾ ਨੀ ਲੱਗਿਆ ਜੀ, ਉਮਰ ਜ਼ਿਆਦਾ ਹੋ ਗਈ। ਕਈ ਏਦਾਂ ਬਾਬਾ ਜੀ ਨੂੰ ਅਣਜਾਣ ਦਿਖਾਉਂਦੇ ਆ। ਇੱਕ ਪਾਸੇ ਤੁਸੀਂ ਕਹਿੰਦੇ ਹੋ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਹੈ, ਤੇ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹ ਤਾਂ ਸਭ ਸ੍ਰਿਸ਼ਟ ਦਾ ਕਰਤਾ ਹੁੰਦਾ ਹੈ, ਉਹਨੂੰ ਸਭ ਕੁਝ ਪਤਾ ਹੈ। ਬ੍ਰਹਮ ਗਿਆਨੀ ਗਲਤੀ ਨਹੀਂ ਕਰ ਸਕਦਾ। ਆਖੋ ਸਤਨਾਮ। ਇਟ ਮੀਨ ਇਹ ਹੈ ਕਿ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਜੇ ਤਲਵਾਰਾਂ ਪਹਿਨੀਆਂ ਤੇ ਸਤਗੁਰ ਦੇ ਆਪਣੇ ਹੁਕਮ ਦੇ ਸਦਕਾ ਇਹ ਸਭ ਰਿਹਾ ਸੀ। ਇਹ ਨਹੀਂ ਕਿ ਗਲਤੀ ਦੇ ਨਾਲ ਖੱਬੇ ਪਾਸੇ ਨੂੰ ਪੈ ਗਈ ਸੀ ਮੋਢੇ ਤੋਂ, ਤੇ ਫਿਰ ਗੁਰੂ ਸਾਹਿਬ ਨੇ ਕਿਹਾ ਜੀ ਕੋਈ ਨੀ ਹੁਣ ਤੁਸੀਂ ਸਿੱਧੇ ਪਾਸੇ ਪਾ ਦੋ ਤੇ ਅਸੀਂ ਦੋਨੇ ਪਾ ਦਾਂਗੇ। ਏਦਾਂ ਦੀਆਂ ਗੱਲਾਂ ਪ੍ਰਚਲਿਤ ਹੈ, ਪਰ ਸੱਚ ਤਾਂ ਇਹ ਹੈ ਕਿ ਗੁਰੂ ਹਰਗੋਬਿੰਦ ਜੀ ਦਾ ਹੁਕਮ ਸੀ। ਲੋਕ ਕਵੀ ਸਾਹਿਬ ਸੁਣੋ ਕੀ ਕਹਿੰਦੇ ਇਸ ਵਿਸ਼ੇ ਤੇ। ਵਾਰੀ ਇੱਕ ਧਾਰ ਦੁਵੈ ਤਰ ਵਾਰੀ, ਵਾਰੀ ਸ਼ਤਰ ਸੈਨ ਬਲ ਵਾਰੀ। ਕਹਿੰਦੇ ਇੱਕੋ ਵਾਰ ਵਿੱਚ ਦੋ ਤਲਵਾਰਾਂ ਪੈਂਦੀਆਂ, ਇੱਕੋ ਵਾਰ ਇਹ ਨੇ ਵੀ ਅੱਜ ਇਹ ਪਾ ਲਈ, ਦੂਜੀ ਵਾਰ ਦੂਜੀ ਪਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੋ ਢਾਡੀ ਹੋਏ, ਨੱਥਾ ਤੇ ਅਬਦੁੱਲਾ। ਜਦੋਂ ਤਲਵਾਰਾਂ ਪਾਈਆਂ ਮਹਾਰਾਜ ਨੇ ਮੀਰੀ ਤੇ ਪੀਰੀ ਵਾਲੀ, ਉਹਨਾਂ ਨੇ ਉਸ ਵਕਤ ਦੀ ਇੱਕ ਕਵਿਤਾ ਉੱਤੇ ਗਾਈ, ਵਾਰ ਗਾਈ ਜਿਹੜੀ ਬੜੀ ਪਿਆਰੀ ਲੱਗਦੀ ਹੈ। ਕਹਿੰਦੇ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਆਖੋ ਸਤਨਾਮ। ਇਹ ਨੱਥਾ ਤੇ ਅਬਦੁੱਲਾ ਗੁਰੂ ਹਰਗੋਬਿੰਦ ਮਹਾਰਾਜ ਦੇ ਸਮੇਂ ਢਾਡੀ ਜਿਹੜੇ ਹੋਏ, ਇਹ ਦੋਵੇਂ ਬਹੁਤ ਉੱਚੀ ਹੇਕ ਨਾਲ ਗਾਉਂਦੇ ਹੁੰਦੇ ਸੀ। ਗੁਰੂ ਸਾਹਿਬ ਦੀ ਸਿਫਤ ਵਿੱਚ ਉੱਥੇ ਵੀ ਬਿਆਨ ਕਰਦੇ, ਕਿਉਂਕਿ ਸਤਿਗੁਰ ਨੇ ਭਗਤੀ ਤੇ ਸ਼ਕਤੀ ਦਾ ਸੁਮੇਲ ਕੀਤਾ, ਦੇਖਿਆ ਕਿ ਗੁਰੂ ਨਾਨਕ ਮਹਾਰਾਜ ਜੀ ਨੇ ਜਿਹੜੀ ਨਾਮ ਦੀ ਖੇਤੀ ਬੀਜੀ ਹੈ, ਇਹਨੂੰ ਹੁਣ ਅਵਾਰਾ ਪਸ਼ੂ ਮੂੰਹ ਮਾਰ ਕੇ ਖਰਾਬ ਨਾ ਕਰ ਦੇਣ। ਇੱਥੇ ਹੁਣ ਸ਼ਕਤੀ ਦੀ ਵਾੜ ਹੋਣੀ ਸੀ ਆਲੇ ਦੁਆਲੇ, ਤੇ ਉਹ ਤਲਵਾਰ ਦੀ ਵਾੜ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪ ਕਰਦੇ ਹਨ, ਭਾਵ ਭਗਤੀ ਤੇ ਸ਼ਕਤੀ ਦਾ ਸੁਮੇਲ ਕਰਦੇ ਹਨ। ਔਰ ਕਵੀ ਸਾਹਿਬ ਲਿਖਦੇ, ਵਾਰੀ ਇੱਕ ਧਾਰ ਦੁਵੈ ਤਰ ਵਾਰੀ, ਵਾਰੀ ਸ਼ਤਰ ਸੈਨ ਬਲ ਵਾਰੀ। ਕਹਿੰਦੇ ਐਸੀਆਂ ਦੋ ਤਲਵਾਰਾਂ ਪਹਿਨੀਆਂ ਕਿ ਇੱਕ ਵਾਰੀ ਵਿੱਚ ਹੀ ਬਹੁਤ ਵੱਡੇ ਵੱਡੇ ਘਰਾਣੇ ਜਿਹੜੇ ਕਿਸੇ ਤੋਂ ਹਰਾਇਆ ਹਰਦੇ ਨਹੀਂ ਸੀ ਜਹਾਂਗੀਰ ਦੇ, ਕਹਿੰਦੇ ਉਹਨਾਂ ਨੂੰ ਮੇਰੇ ਸਤਿਗੁਰੂ ਜੀ ਨੇ ਇੱਕ ਵਾਰ ਵਿੱਚ ਹਾਰ ਦਿੱਤੀ। ਗੁਰੂ ਪਾਤਸ਼ਾਹ ਨੇ ਚਾਰ ਜੰਗਾਂ ਲੜੀਆਂ ਤੇ ਜਿਹੜੀ ਸਭ ਤੋਂ ਵੱਡੀ ਜੰਗ ਹੈ ਮੇਰੇ ਪਾਤਸ਼ਾਹ ਦੀ, ਉਹ ਮਹਿਰਾਜ ਦੀ ਜੰਗ ਹੈ ਗੁਰੂ ਹਰਗੋਬਿੰਦ ਜੀ ਦੀ। ਤੇ ਸਤਿਗੁਰੂ ਜੀ ਦੀ ਜਿਹੜੀ ਪਹਿਲੀ ਜੰਗ ਹੈ, ਭਾਵੇਂ ਉਹ ਕਰਤਾਰਪੁਰ ਸਾਹਿਬ ਦਾ ਜ਼ਿਕਰ ਆਉਂਦਾ ਹੈ, ਸਭ ਜਾਣਿਓ ਸ਼੍ਰੀ ਸਤਿਗੁਰੂ ਮਹਾਰਾਜ ਜੀ ਨੇ ਇਹ ਪਹਿਲੀ ਜੰਗ ਵੱਡੇ ਪੱਧਰ ਤੇ ਜਿੱਤ ਹਾਸਲ ਕੀਤੀ। ਕਹਿੰਦੇ ਇੱਕੋ ਵਾਰ ਵਿੱਚ ਦੋ ਤਲਵਾਰਾਂ ਧਾਰ ਕੇ ਵੱਡੇ ਵੱਡੇ ਘਰਾਣੇ ਜਿਹਨਾਂ ਦੇ ਅੱਗੇ ਕੋਈ ਡਟਦਾ ਨਹੀਂ ਸੀ, ਖੜਦਾ ਨਹੀਂ ਸੀ, ਮੇਰੇ ਗੁਰੂ ਹਰਗੋਬਿੰਦ ਜੀ ਨੇ ਉਹਨਾਂ ਸਾਰਿਆਂ ਦਾ ਪਨਾਹ ਕਰ ਦਿੱਤਾ। ਸਤਨਾਮ। ਅੱਗੇ ਸੁਣੋ ਇਉਂ ਫਰਮਾਉਂਦੇ ਨੇ ਜੀ, ਵਾਰੀ ਤਰ ਸੰਗਤ ਸੁਖ ਵਾਰੀ, ਵਾਰੀ ਗੁਰ ਖੱਟ ਪਰ ਬਹੁ ਵਾਰੀ। ਕਹਿੰਦੇ ਸਤਿਗੁਰੂ ਜਿਹੜੇ ਹਨ, ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਜਿਹੜੇ ਬਹੁਤ ਸ੍ਰੇਸ਼ਟ ਬੁੱਧੀ ਦੇ ਮਾਲਕ ਹਨ, ਕਹਿੰਦੇ ਜਿਵੇਂ ਨਾ ਆਕਾਸ਼ ਦੇ ਵਿੱਚ ਮੇਘ ਖੜਕਦਾ, ਮੇਘ ਦੀ ਧੁੰਦ ਕੰਬਣ ਲਾ ਦਿੰਦੀ ਹੈ। ਤੁਸੀਂ ਦੇਖਿਆ ਨਾ ਕਈ ਵਾਰ ਕਿੱਦਾਂ ਬਿਜਲੀ ਗਰਜਦੀ ਹੈ, ਕਿਵੇਂ ਬੱਦਲ ਘੋਲਦਾ ਹੈ। ਕਈ ਵਾਰ ਇਨਸਾਨ ਦਾ ਮਨ ਵੀ ਡੋਲਣ ਲੱਗ ਜਾਂਦਾ ਬੱਦਲਾਂ ਨੂੰ ਦੇਖ ਕੇ। ਕਹਿੰਦੇ ਐਸੀ ਗਰਜ ਮਹਾਰਾਜ ਦੀ ਹੈ ਜਿਵੇਂ ਮਾਨੋ ਆਕਾਸ਼ ਬਿਜਲੀ ਚਮਕਦੀ ਹੋਵੇ, ਮਾਨੋ ਘਣ ਗਰਜਦੇ ਹੋਣ। ਐਸੀ ਗਰਜ ਗੁਰੂ ਹਰਗੋਬਿੰਦ ਜੀ ਨੇ ਲਾਈ ਕਿ ਇਸ ਗਰਜ ਦੇ ਨਾਲ ਸਭ ਸ਼ਾਂਤ ਹੋ ਗਏ। ਤੁਸੀਂ ਦੇਖੋ ਨਾ ਗੁਰੂ ਹਰਗੋਬਿੰਦ ਮਹਾਰਾਜ ਦੀ ਗਰਜ ਦੇ ਵਿੱਚੋਂ ਨਿਕਲੇ ਹੋਏ ਬੋਲ, ਕਿ ਉਹ ਲੋਕ ਦਸਤਾਰ ਪਹਿਨਣ ਤੋਂ, ਦਸਤਾਰ ਸਜਾਉਣ ਤੋਂ ਸਾਨੂੰ ਮਨਾ ਕਰਦੇ ਆ, ਮੇਰੇ ਸਿੱਖ ਦੂਰੀਆਂ ਦਸਤਾਰਾਂ ਸਜਾਇਆ ਕਰਨਗੇ। ਇਹ ਦੂਰੀ ਦਸਤਾਰ ਜਿਹੜੀ ਅਸੀਂ ਬੰਨਦੇ ਹਾਂ, ਦਸਤਾਰ ਦੇ ਥੱਲੇ ਕੇਸ ਕੀ, ਅੱਜ ਕੱਲ ਆਪਾਂ ਇਹਨੂੰ 50 ਕਹਿ ਦਿੰਦੇ ਹਾਂ, ਜਿਵੇਂ ਆਮ ਕਰਕੇ ਵਸਤਰ ਹੁੰਦਾ ਸਾਧ ਸੰਗਤ, ਦਸਤਾਰ ਜਿਹੜੀ ਆਪਾਂ 5 ਮੀਟਰ ਦੀ ਬੰਨਦੇ ਹਾਂ, ਆਮ ਆਮ ਇਨਸਾਨ ਦੇਖੀ ਗਏ 5-10 ਤੱਕ ਜਾਂਦੀ ਹੈ, ਤੇ ਜਿਹੜੀ 5 ਦਾ ਅੱਧਾ ਫਿਰ 2.5 ਬਣ ਜਾਂਦਾ, ਇਹਨੂੰ 50 ਕਹਿੰਦੇ ਜਿਹੜੀ ਥੱਲੇ ਬੰਨਦੇ। ਇਹ ਦੂਰੀ ਦਸਤਾਰ ਦਾ ਜ਼ਿਕਰ ਆਉਂਦਾ ਗੁਰੂ ਹਰਗੋਬਿੰਦ ਮਹਾਰਾਜ ਤੇ ਸ਼ੁਰੂ ਹੋਇਆ। ਇਹ ਗਰਜ ਐਸੀ ਗਰਜ ਸੀ ਮਹਾਰਾਜ ਦੀ, ਤੇ ਉਹ ਕਹਿੰਦੇ ਵੀ ਘੋੜੇ ਤੇ ਉੱਚੀ ਜਗ੍ਹਾ ਚੜ੍ਹਦਾ ਨੀ, ਮੈਂ ਅਕਾਲ ਤਖ਼ਤ ਬਣਾਵਾਂਗਾ। ਆਖੋ ਸਤਨਾਮ।
ਤੇ ਉਹ ਕਹਿੰਦੇ ਤਖਤ ਤੇ ਕੋਈ ਬੈਠ ਨਹੀਂ ਸਕਦਾ। ਮਹਾਰਾਜ ਜੀ ਨੇ ਅਕਾਲ ਤਖਤ ਬਣਾਇਆ ਤੇ ਦਰਬਾਰ ਲੱਗਣਾ ਸ਼ੁਰੂ ਹੋ ਗਿਆ ਗੁਰੂ ਘਰ ਦੇ ਵਿੱਚ, ਗੁਰੂ ਦਰਬਾਰ ਸਜਣ ਲੱਗ ਪਿਆ। ਤੇ ਤੁਸੀਂ ਦੇਖੋ ਇਸ ਗੱਲ ਦੇ ਵਿੱਚੋਂ ਨਿਕਲੇ ਹੋਏ ਬੋਲ ਸੀ, ਉਹ ਕਹਿੰਦੇ ਰਾਗ ਨੀ ਗਾਉਣਾ ਤੇ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਧੁਨਾਂ ਦੇ ਵਿੱਚ ਸੋਧੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਢਾਡੀਆਂ ਨੂੰ ਕਿਹਾ ਸਰੰਗੀਆਂ ਚੱਕੋ, ਢੱਡਾਂ ਲਓ, ਉੱਚੀ ਫੇਕਾਂ ਦੇ ਨਾਲ ਤੁਸੀਂ ਸੁਰ ਅਲਾਪੋ। ਕਹਿੰਦੇ ਜਦ ਏਦਾਂ ਦੀ ਗੱਜ ਮੇਰੇ ਸਤਿਗੁਰ ਦੀ ਵੱਜੀ ਤੇ ਸਾਰੇ ਮਾਨੋ ਜਿਵੇਂ ਬੱਦਲ ਗਰਜਣ ਦੇ ਨਾਲ ਸ਼ਾਂਤੀ ਛਾ ਜਾਂਦੀ ਹੈ, ਸਤਿਗੁਰ ਦੀ ਗਰਜ ਦੇ ਨਾਲ ਚਾਰੇ ਪਾਸੇ ਸ਼ਾਂਤੀ ਆ ਗਈ। ਐਸੇ ਸਤਿਗੁਰੂ ਹਰਗੋਬਿੰਦ ਜੀ ਦੇ ਮੈਂ ਦੋਨੇ ਹੱਥ ਜੋੜ ਕੇ ਚਰਨਾਂ ਨੂੰ ਨਮਸਕਾਰ ਕਰਦਾ। ਸਤਨਾਮ ਸਾਧ ਸੰਗਤ, ਇੱਥੇ ਆਪਾਂ ਤਕਰੀਬਨ ਵਿਸ਼ੇ ਨੂੰ ਸੰਕੋਚੀਏ ਕਿਉਂਕਿ ਅੱਗੇ ਤਿੰਨ ਸਤਿਗੁਰੂ ਸਾਹਿਬਾਨਾਂ ਦੇ ਮੰਗਲ, ਫਿਰ ਸ੍ਰੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲ, ਫਿਰ ਗੁਰੂ ਰਾਮਦਾਸ ਜੀ ਦਾ ਇਤਿਹਾਸ ਸ਼ੁਰੂ ਹੋ ਜਾਣਾ ਹੈ। ਕਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਹਾਨ ਵਡਿਆਈਆਂ ਕੀਤੀਆਂ, ਕਿਵੇਂ ਮਹਾਨ ਸਿੱਖਿਆਵਾਂ ਦਿੱਤੀਆਂ। ਸਾਧ ਸੰਗਤ ਇੱਕ ਦੋ ਜ਼ਰੂਰੀ ਬੇਨਤੀਆਂ ਹਨ ਬਹੁਤ। ਕੱਲ੍ਹ ਨੂੰ 10 ਤਰੀਕ ਨੂੰ ਬਸੰਤ ਪੰਚਮੀ ਹੈ ਤੇ ਸਿੱਖ ਇਤਿਹਾਸ ਵਿੱਚ ਬਸੰਤ ਪੰਚਮੀ ਦਾ ਬਹੁਤ ਵੱਡਾ ਜ਼ਿਕਰ ਤੇ ਯੋਗਦਾਨ ਹੈ, ਬਹੁਤ ਵੱਡਾ ਇਤਿਹਾਸਕ ਪੱਖ, ਬਹੁਤ ਵੱਡਾ ਜਿਹੜਾ ਪੁਰਬ ਹੈ ਕੱਲ੍ਹ ਦੇ ਦਿਨ ਮਨਾਇਆ ਜਾਂਦਾ ਕੌਮ ਅੰਦਰ। ਕਿਉਂਕਿ ਗੁਰੂ ਕੇ ਲਾਹੌਰ ਵਿਖੇ ਕੱਲ੍ਹ ਦੇ ਦਿਨ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮਾਤਾ ਸਾਹਿਬ ਕੌਰ ਜੀ ਦਾ ਵਿਆਹ ਹੋਇਆ ਸੀ। ਆਖੋ ਸਤਨਾਮ ਸ੍ਰੀ ਭਾਵ ਕਿ ਕੱਲ੍ਹ ਨੂੰ ਗੁਰੂ ਸਤਿਗੁਰੂ ਜੀ ਦਾ ਵਿਆਹ ਪੁਰਬ ਹੈ, ਇਹਨੂੰ ਗੁਰੂ ਦਾ ਵਿਆਹ ਕਹਿੰਦੇ ਹਨ। ਦੋ ਵਿਆਹ ਬੜੇ ਪ੍ਰਚਲਿਤ, ਇੱਕ ਬਾਬੇ ਦਾ ਵਿਆਹ ਤੇ ਇੱਕ ਗੁਰੂ ਦਾ ਵਿਆਹ। ਇਹ ਦੋ ਵਿਆਹ ਨੇ, ਜੋ ਬਾਬੇ ਦਾ ਵਿਆਹ ਬਟਾਲੇ ਵਿਖੇ ਗੁਰੂ ਨਾਨਕ ਦੇਵ ਜੀ ਮਹਾਰਾਜ, ਤੇ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਦੇਖੋ ਵਿਆਹ ਗੁਰੂ ਸਾਹਿਬ ਦੇ ਹੋਰ ਵੀ ਹੋਏ। ਇਹੀ ਵਿਆਹ ਕਿਉਂ ਸਿੱਖ ਸੰਗਤ ਜਿਹੜਾ ਹੈ ਵੱਡੇ ਪੱਧਰ ਤੇ ਸਮਾਗਮ ਰੱਖ ਕੇ ਮਨਾਉਂਦੀ ਹੈ? ਕਿਉਂਕਿ ਇਸ ਵਿਆਹ ਦਾ ਬੜਾ ਖਾਸ ਮਹੱਤਵ ਹੈ, ਇਹ ਬਹੁਤ ਖਾਸੀਅਤ ਰੱਖਦਾ ਹੈ। ਇਹਦੇ ਸੰਬੰਧ ਵਿੱਚ ਵਿਚਾਰਾਂ ਕੱਲ੍ਹ ਦੇ ਦੀਵਾਨ ਚ ਰਾਤੀ ਕਰਨ। ਕੱਲ੍ਹ ਨੂੰ ਗੁਰੂ ਸਾਹਿਬ ਜੀ ਦਾ ਵਿਆਹ ਪੁਰਬ ਹੈ, ਤੁਸੀਂ ਇੱਕ ਦੋ ਕੰਮ ਜ਼ਰੂਰ ਕਰਨੇ। ਇੱਕ ਦੂਜੇ ਨੂੰ ਮਿਲਦੇ ਸਾਰ ਮਹਾਰਾਜ ਦੇ ਵਿਆਹ ਪੁਰਬ ਦੀ ਵਧਾਈ ਦੇਣੀ। ਮੈਂ ਕਿਸੇ ਸੱਜਣ ਨੂੰ ਕਿਹਾ ਵੀ ਆਪਾਂ ਨਾ ਵਿਆਹ ਪੁਰਬ ਤੇ ਇਕੱਠੇ ਹੋ ਕੇ ਸਮਾਗਮ ਕਰਿਆ ਕਰੀਏ। ਉਹ ਨਹੀਂ ਨਹੀਂ, ਫਿਰ ਵਿਆਹ ਦੀਆਂ ਰਸਮਾਂ ਪੈ ਜਾਂਦੀਆਂ, ਵਿਆਹ ਦੀਆਂ ਰੀਤਾਂ ਪੈ ਜਾਂਦੀਆਂ। ਵੀ ਤੁਸੀਂ ਦੱਸੋ ਵੀ ਨਵੇਂ ਸਾਲ ਵਾਲੀ ਰੀਤ ਸਾਡੀ ਰੀਤ ਹੈ, 31 ਦਸੰਬਰ ਵਾਲੀ, ਉਹ ਵੀ ਤਾਂ ਅਸੀਂ ਪਾਲੀ ਬੈਠੇ ਹਾਂ। ਅਗਰ ਗੁਰਦੇਵ ਦੇ ਇਸ ਵਿਆਹ ਪੁਰਬ ਨੂੰ ਆਪਾਂ ਮਨਾਵਾਂਗੇ ਫਿਰ ਕੀ ਹੋਏਗਾ? ਮਾਤਾ ਸਾਹਿਬ ਕੌਰ ਦੀ ਗੱਲ ਹੋਏਗੀ। ਕੌਣ ਹੈ ਮਾਤਾ ਸਾਹਿਬ ਕੌਰ? ਖਾਲਸੇ ਦੀ ਮਾਤਾ। ਔਰ ਮੈਂ ਤਾਂ ਇਹ ਗੱਲ ਕਹਿੰਦਾ ਵਾ, ਦਿੱਲੀ ਵਾਲਿਆਂ ਤੇ ਮਾਤਾ ਜੀ ਦਾ ਬਹੁਤ ਵੱਡਾ ਪਰਉਪਕਾਰ ਹੈ। ਤੇ ਅੱਜ ਸਾਡੇ ਘਰਾਂ ਨੂੰ ਦੇਖੋ, 4-4 ਮੰਜ਼ਲੀ ਸਾਡੇ ਘਰ ਨੇ, 4-4 ਫਲੋਰ ਹੈ, ਚੰਗੇ ਕਾਰੋਬਾਰ। ਪਰ ਮੈਂ ਇਹ ਕਮੀ ਮਹਿਸੂਸ ਕਰਦਾ ਇਸ ਗੱਲ ਦੀ ਕਿ ਮਾਤਾ ਜੀ ਦੇ ਨਾਮ ਦੇ ਉੱਤੇ ਦਿੱਲੀ ਦੇ ਵਿੱਚ ਕੋਈ ਐਸਾ ਸਥਾਨ ਨਹੀਂ ਜਿੱਥੇ ਅਸੀਂ ਵੱਡੇ ਪੱਧਰ ਤੇ ਇਕੱਠੇ ਹੋ ਕੇ ਮਾਤਾ ਜੀ ਨੂੰ ਯਾਦ ਕਰਨਾ। ਇਹ ਅੜੰਬਾ ਹੈ ਸਾਡੇ ਸਾਰਿਆਂ ਦਾ, ਇਹ ਬਹੁਤ ਵੱਡਾ ਕਾਰਜ ਸਾਡੇ ਤੇ ਮਾਤਾ ਜੀ ਦਾ। ਤੇ ਕੱਲ੍ਹ ਨੂੰ ਅਸੀਂ ਜਿੱਥੇ ਵਧਾਈ ਦੇਵਾਂਗੇ, ਨਾਲੇ ਦਸ਼ਮੇਸ਼ ਪਿਤਾ ਨੂੰ ਯਾਦ ਕਰਾਂਗੇ ਤੇ ਮਾਤਾ ਸਾਹਿਬ ਕੌਰ ਜੀ ਨੂੰ ਨਾਲ ਹੀ ਯਾਦ ਕਰਾਂਗੇ। ਇਹਦੇ ਨਾਲ ਹੀ ਫਿਰ 12 ਤਰੀਕ ਨੂੰ 10ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਰਜੰਦ ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਇਹਨਾਂ ਦਾ ਜਨਮ ਦਿਹਾੜਾ। ਆ ਸੁੰਦਰ ਸਜਾਵਟਾਂ ਇਸੇ ਸੰਬੰਧ ਦੇ ਵਿੱਚ ਹੋ ਰਹੀਆਂ ਹਨ। ਤੇ ਉਸ ਤੋਂ ਬਾਅਦ ਸਾਧ ਸੰਗਤ 17 ਤਰੀਕ ਨੂੰ ਦੀਨਾਂ ਦੇ ਦਿਆਲ ਸਤਿਗੁਰੂ ਸ੍ਰੀ ਸਤਿਗੁਰੂ ਗੁਰੂ ਹਰਿ ਸਾਹਿਬ ਜੀ ਮਹਾਰਾਜ, ਇਹਨਾਂ ਦਾ ਪ੍ਰਕਾਸ਼ ਦਿਹਾੜਾ, ਜਿਨ੍ਹਾਂ ਨੇ ਸਾਨੂੰ ਸਿਖਾਇਆ ਬਾਣੀ ਪ੍ਰਤੀ ਕਿਵੇਂ ਸੰਦੇਹ ਰੱਖਣਾ। ਫਿਰ ਜਿਹੜੀ 19 ਤਰੀਕ ਆ ਰਹੀ ਹੈ, 19 ਤਰੀਕ ਨੂੰ ਬਹੁਤ ਕ੍ਰਾਂਤੀਕਾਰੀ ਯੋਧੇ, ਤਤ ਵੇਤਾ ਯੁਗ ਪੁਰਸ਼, ਪਰਮੇਸ਼ਰ ਵਿੱਚ ਲੀਨ ਆਤਮਾ, ਪ੍ਰਤੱਖ ਪਰਮੇਸ਼ਰ ਦਾ ਰੂਪ ਹੋ ਗਏ ਜਿਹੜੇ ਭਗਤ ਰਵਿਦਾਸ ਜੀ, ਇਹਨਾਂ ਦਾ ਫਿਰ ਪ੍ਰਕਾਸ਼ ਦਿਹਾੜਾ ਪੂਰਨਮਾਸ਼ੀ ਵਾਲੇ ਦਿਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ 4 ਪੁਰਬ, ਇਹਦੇ ਨਾਲ ਹੀ 20 ਤਰੀਕ ਨੂੰ, 20 ਤੇ 21 ਤਰੀਕ ਨੂੰ ਨਨਕਾਣਾ ਸਾਹਿਬ ਵਿਖੇ ਕਿਵੇਂ ਸਾਕਾ ਵਰਤਿਆ, ਕਿਵੇਂ ਨਨਕਾਣਾ ਸਾਹਿਬ ਵਿਖੇ ਸਿੰਘਾਂ ਸ਼ਹੀਦੀਆਂ ਦਿੱਤੀਆਂ, ਇਹ ਮਹੀਨਾ ਸਾਰਾ ਹੀ ਲਾਹੇ ਵਾਲਾ ਹੈ। ਜਿਵੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੋਗਰਾਮ ਉਲੀਕੇ ਹੋਏ ਹਨ, ਆਪ ਸੰਗਤਾਂ ਉਹਦੇ ਅਨੁਸਾਰ ਹਾਜ਼ਰੀ ਭਰੋ, ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰੋ। ਇਹੀ ਬੇਨਤੀ ਆਪ ਜੀ ਦੇ ਚਰਨਾਂ ਚ ਹੋਈਆਂ ਬੇਅੰਤ ਭੁੱਲਾਂ ਸਮਾ ਕਰਨੀਆਂ। ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।